ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਹੀ ਵੀਰਾਂ ਦਾ ਬਹੁਤ ਬਹੁਤ ਸਵਾਗਤ ਕਰਦੇ ਹਾਂ ਤੁਹਾਡੇ ਆਪਦੇ YouTube ਚੈਨਲ PV ਨੱਤੀ ਡੈਰੀ ਫਾਰਮ ਦੇ ਉੱਪਰ ਸਭ ਤੋਂ ਪਹਿਲਾਂ ਬਾਈ ਜੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਅੱਜ ਜਿਹੜੀ ਆਪਾਂ ਵੀਡੀਓ ਲੈ ਕੇ ਆ ਚੁੱਕੇ ਹਾਂ ਜੀ ਉਹ ਹੈਗਾ ਜੀ ਨੂਰ ਬੁੱਲ ਆ ਜੀ ਨੀਲੀ ਰਾਵੀ ਦਾ ਬਹੁਤ ਹੀ ਯਾਦੇ ਸੋਹਣਾ ਬੁੱਲ ਆ ਨਾਂ ਵੀ ਨੂਰ ਆ ਤੇ ਵੇਖਣ ਨੂੰ ਵੀ ਨੂਰ ਵਰਗਾ ਹੀ ਆ ਪੂਰਾ ਨੂਰ ਬਹੁਤ ਸੋਹਣਾ ਬੁੱਲ ਆ ਤੇ ਇਹਦੇ ਜਿਹੜੇ ਆਪਾਂ ਗੱਲਬਾਤ ਕਰ ਲੈਨੇ ਆ ਫਾਦਰ ਆ ਜੀ ਇਹਦਾ ਹੈਗਾ ਨੀਲਾ ਬੁੱਲ ਤੇ ਸਭ ਤੋਂ ਜਿਹੜਾ ਵੱਡੀ ਚੀਜ਼ ਹੁੰਦੀ ਹੈ ਜੀ ਮਦਰ ਦਾ ਰਿਕਾਰਡ ਮਦਰ ਦਾ ਰਿਕਾਰਡ ਜੀ ਬਣਿਆ ਹੋਇਆ ਵਾ ਬਟਾਲੇ ਦੇ ਵਿੱਚ 2019 ਦੇ ਵਿੱਚ ਪਹਿਲੇ ਜਾਨੀ ਕਿ ਬਣਿਆ ਸੀਗਾ ਜੀ ਇਹਦਾ 22 ਕਿਲੋਵਾਟਸਾ 100 ਗ੍ਰਾਮ ਦਾ ਜਿਹੜਾ ਰਿਕਾਰਡ ਸੀਗਾ ਤੇ ਵਿੱਚ ਵਿੱਚ ਜਾਨੀ ਕਿ 18 800 ਵੀ ਰਹਿ ਗਿਆ ਕਿਹਾ ਸੀਗਾ ਤੇ ਉਹ ਥੋੜਾ ਚਲੋ ਵੀ ਉਸ ਹਸਾਬ ਨਾਲ ਸਾਫ ਸੰਭਾਲ ਦੇ ਉੱਪਰ ਡਿਪੈਂਡ ਕਰਦਾ ਵਾ ਤੇ ਇਹਦੀ ਮਦਰ ਹੈ ਜਿਹੜੀ 18ਵੇਂ ਸੂਏ ਹੈ ਜੀ ਹੁਣ 18ਵੇਂ ਸੂਏ ਸੂਈ ਹੈ ਜੀ ਇਹਦੀ ਮਦਰ ਤੇ ਸੀਮਨ ਸਟਰਾ ਦਾ ਜਿਹੜਾ ਪ੍ਰਾਈਸ ਆ ਬਹੁਤ ਹੀ ਜਿਆਦਾ ਜਾਇਜ 150 ਰੁਪਿਆ ਪ੍ਰਾਈਸ ਮੰਗਦੇ ਪਏ ਆ ਕੌਲੀ 150 ਰੁਪਿਆ ਇਹਦਾ ਜਿਹੜਾ ਸੀਮਨ ਸਟਰਾ ਦਾ ਪ੍ਰਾਈਸ ਆ ਨਹੀਂ ਆਵਾਂ ਵੇਖਿਆ ਆਪਾਂ ਬਾਈ ਜੀ 5 500 700 ਜਾਨੀ ਕਿ ਸਰਕਾਰ ਪ੍ਰਾਈਵੇਟ ਬੋਲ ਦਾ ਸੀਮਨ ਦਾ ਜਿਹੜਾ ਪ੍ਰਾਈਸ ਹੈਗਾ ਵਾ ਚਲੋ ਉਹ ਜਿੱਥੇ 5 500 7 700 ਹੈਗਾ ਉਹ ਜਾ ਉਹਨਾਂ ਦਾ ਥੋੜਾ ਜਿਹਾ ਜਿਹੜਾ ਬਾਪ ਵਾਲੇ ਪਾਸਿਓਂ ਰਿਕਾਰਡ ਚੂਟੀ ਦਾ ਹੋ ਜਾਂਦਾ ਵਾ ਬਈ ਬਾਪੂ ਹੋ ਜੇ ਹੁੰਦੇ ਆ ਕੋ ਇੰਪੋਰਟ ਬਰੀਡ ਦੇ ਹੁੰਦੇ ਆ ਪਾਕਿਸਤਾਨ ਦੇ ਹੁੰਦੇ ਆ ਥੋੜੇ ਉਸ ਹਿਸਾਬ ਨਾਲ ਚਲੋ ਰੇਟ ਬਾਦਬੂਦ ਵੀ ਜਾਂਦੇ ਆ ਤੇ ਬੱਚੀਆਂ ਜੀ ਰਿਕਾਰਡ ਤੇ ਇੱਕ ਆ ਚੁੱਕੀ ਆ ਇੱਕ ਬੱਚੀ ਨੇ ਯਾਨੀ ਕਿ ਪਿਛਲੇ ਸਾਲ ਸੂਈ ਸੀਗੀ ਪਹਿਲਾਂ ਉਦੋਂ 14 ਕਿਲੋ ਦਿੱਤਾ ਜੀ ਇਹਦੇ ਮਦਰ ਨੇ ਬੱਚੀ ਨੇ ਸੱਚ ਤੇ ਹੁਣ ਦੂਜੇ ਸੂਏ ਆ ਤੇ 20 ਤੋਂ 21 ਦਾ ਜਿਹੜਾ ਬਣਾ ਚੁੱਕੀ ਆ ਤੇ ਇੱਕ ਬਾਈਆਂ ਦੇ ਕੋਲੇ ਹੁਣ ਹੈਗੀ ਆ ਕੱਟੀ ਉਹ ਤਿਆਰ ਹੋ ਰਹੀ ਆ ਅਗਲੇ ਸਾਲ ਯਾਨੀ ਕਿ ਉਹ ਵੀ ਆਜੂਗੀ ਜਾਂ ਉਦੋਂ ਅਗਲੇ ਸਾਲ ਤੇ ਉਹਦਾ ਯਾਨੀ ਕਿ ਬਾਈ ਕਹਿ ਰਿਹਾ ਵੀ 25 26 ਦਾ ਯਾਨੀ ਕਿ ਚਵਾਣਾ ਵਾ ਪਹਿਲੇ ਪਹਿਲੇ ਚੀ ਤੇ ਜਿਹੜੀਆਂ ਫੀਮੇਲਸ ਦੀ ਯਾਨੀ ਕਿ ਹੈਗੀ ਆ ਯਾਨੀ ਕਿ ਆਪਾਂ ਕਹਿ ਦਈਏ ਵੀ ਜੇ 50 ਟੀਕੇ ਆਉਂਦੇ ਆ ਉਹਦੇ ਵਿੱਚੋਂ 35 ਫੀਮੇਲ ਨੇ ਬਾਕੀ ਮੇਲ ਨੇ ਤੇ ਬਾਕੀ ਜੇ ਗੁਰਦੁਆਰਾ ਸਾਹਿਬਾ ਉਹਨਾਂ ਨੂੰ ਜਿਹੜਾ ਇਹ ਕਈਆਂ ਦੇ ਹਨ ਬਈ ਬਫਲ ਰੱਖੀਆਂ ਹੁੰਦੀਆਂ ਮਈਆਂ ਮਈਆਂ ਰੱਖੀਆਂ ਹੁੰਦੀਆਂ ਉੱਥੇ ਜਿਹੜਾ ਫਰੀਜ਼ ਦੀ ਸੇਵਾ ਸੀਮੰਟ ਦੀ ਇਹ ਕਰ ਦੇਣਗੇ 100 150 ਯਾਨੀ ਕਿ ਸੀਮੰਟ ਸਟਰੋ ਦਾ ਤੇ ਬਾਕੀ ਇਹ ਜੇ ਕਿਸੇ ਨੇ ਸੀਮੰਟ ਲੈਣਾ ਹੋਵੇ ਯਾਨੀ ਕਿ 100 150 ਸਟਰੋ ਲੈਣੀ ਹੋਵੇ ਤੁਸੀਂ ਇਹਨਾਂ ਨਾਲ ਗੱਲ ਕਰ ਸਕਦੇ ਹੋ ਡਿਲੀਵਰੀ ਵੀ ਕਰਾ ਦੁੰਦੇ ਆ ਜੇ ਉਹ ਤੋਂ ਜ਼ਿਆਦਾ ਲੈਣੀਆਂ ਵਾ ਫੇਰ ਜਾਂ ਘੱਟ ਲੈਣੀਆਂ ਤੁਹਾਨੂੰ ਆਪ ਜਾ ਕੇ ਲੈ ਕੇ ਆਉਣੀਆਂ ਪੈਣਗੀਆਂ ਤੇ ਜਿਹੜਾ ਇਹ ਡੈਮ ਅਜੀਲਡ ਆ ਉਹ ਹੈਗਾ ਜੀ 4300 ਲੀਟਰ ਦਾ 4312 ਲੀਟਰ ਤੇ ਸਰ ਡੈਮ ਮੀਲਡ ਹੈਗਾ 4600 ਲੀਟਰ ਦਾ ਤੇ 2010 ਤੋਂ ਯਾਨੀ ਕਿ ਜਿਹੜੀ ਇਹਦੀ ਮਦਰ ਆ ਉਹ ਰਿਕਾਰਡ ਹੋਲਡਰ ਰਹੀ ਹੈ ਜੀ winner ਪੂਰੀ ਰਹਿੰਦੀ ਆ ਜੀ ਹਰ ਮੇਲਾ ਜਦੋਂ ਵੀ ਜਾਂਦੀ ਹੈ ਜਿੱਤ ਕੇ ਆਉਂਦੀ ਰਹੀ ਆ ਤੇ ਇਹ ਵੀ ਜੀ ਮੇਲਾ ਵਾ ਜਿਹੜਾ ਜਿੱਤ ਕੇ ਆਉਂਦਾ ਰਿਹਾ ਪਿਓਰਟੀ ਦੀ ਗੱਲ ਕਰੀਏ ਬਹੁਤ ਵਧੀਆ ਪਿਓਰਟੀ ਆ ਯਾਨੀ ਕਿ ਤੁਸੀਂ ਲਗਭਗ 100% ਹੀ ਲਾ ਲਓ ਪਿਓਰ ਹੈਗਾ ਜੀ ਤੇ ਸੋਨਾ ਬਹੁਤ ਜਿਆਦਾ ਹੈ ਜੀ ਸੋਨਾ ਪੂਰਾ ਦਿਖਣ ਤੇ ਆ ਤੇ ਬਾਕੀ ਜੇ ਕਿਸੇ ਮੱਜਮੁਝ ਵੀ ਲੈਣੀ ਹੋਵੇ ਬਾਈਆਂ ਨਾਲ ਗੱਲਬਾਤ ਤੁਸੀਂ ਕਰ ਸਕਦੇ ਹੋ ਸੇਲ ਪਰਚੇਦ ਦਾ ਕਰ ਲੈਂਦੇ ਆ ਬਾਈ ਮੱਜਮੁਝ ਵੇਚਦੇ ਆ ਮਈਆਂ ਮਈਆਂ ਤੇ ਬਾਕੀ ਤੁਸੀਂ ਬਾਈਆਂ ਦੇ ਨਾਲ ਗੱਲ ਕਰ ਲਿਓ ਬਹੁਤ ਹੀ ਵਧੀਆ ਸੁਭਾਅ ਹੈ ਬਾਈਆਂ ਦਾ ਤੇ ਮੈਂ ਕਾਫੀ ਟਾਈਮ ਯਾਨਕੀ 20 25 ਮਿੰਟ ਗੱਲ ਕਰਦਾ ਰਿਹਾ ਸੀ ਬਹੁਤ ਹੀ ਵਧੀਆ ਹੈ ਜੀ ਜਾਣਕਾਰੀ ਬਹੁਤ ਵਧੀਆ ਦਿੰਦੇ ਆ ਤੇ ਬਾਕੀ ਤੁਸੀਂ ਬਾਈਆਂ ਨਾਲ ਗੱਲ ਕਰ ਸਕਦੇ ਹੋ ਬਾਈ ਜੀ ਆਪਾਂ ਬਾਈਆਂ ਦੇ ਨੰਬਰ ਵੀ ਦੇ ਰਹੇ ਆ ਆਪਾਂ ਬਾਈਆਂ ਤੋਂ ਪੁੱਛ ਲਿਆ ਸੀਗਾ ਵੀ ਨੰਬਰ ਦੇ ਸਕਦੇ ਕਿ ਨਹੀਂ ਨੰਬਰ ਉਹ ਕਹਿੰਦੇ ਵੀ ਕੋਈ ਚੱਕਰ ਨਹੀਂ ਵੀ ਦੇ ਦੋ ਆਪਾਂ ਬਾਈ ਜੀ ਤੁਹਾਨੂੰ ਨੰਬਰ ਦੇ ਰਹੇ ਆ ਫੋਟੋ ਫੋਟੋ ਬੱਚਿਆਂ ਦੀਆਂ ਮੰਗਵਣੀਆਂ ਹੋਈਆਂ ਦੀ ਮੂਵੀ ਮੰਗਾ ਸਕਦੇ ਹਾਂ ਤੇ ਇੱਕ ਹੋਰ ਬਹੁਤ ਖਾਸ ਗੱਲ ਆ ਕਿ ਕਾਫੀ ਬੱਚੇ ਆ ਜਿਹੜੇ ਬੂਰੀ ਮੱਝ ਦੇ ਵੀ ਆ ਰਹੇ ਆ ਇਹਦੇ ਵਿੱਚ ਬੂਰੇ ਕੱਟੇ ਕਟੀਆਂ ਵੀ ਆ ਰਹੀਆਂ ਨੇ ਉਹ ਸਗੋਂ ਬਹੁਤ ਵਧੀਆ ਚੀਜ਼ ਆ ਤੇ ਬਾਈਆਂ ਦੇ ਨੰਬਰ ਥੱਲੇ ਨੇ ਗੱਲ ਕਰ ਸਕਦੇ ਹਾਂ ਇੱਕ ਮੇਰਾ ਵੀਰ ਯਾਰ ਕਾਫੀ ਯਾਨੀ ਕਹਿੰਦੇ ਸੀ ਵੀ ਇੱਕ 800 ਨੰਬਰ ਬੁੱਲ ਦੇ ਤੇ ਇੱਕ ਮੇਰੇ ਹਿਸਾਬ ਨਾਲ ਇੱਕ ਦੋ ਬੁੱਲਾਂ ਦੇ ਨਾਂ ਖੋਰ ਲਏ ਸੀਗੇ ਉਹਨਾਂ ਨੇ ਬਈ ਉਹਨਾਂ ਦਾ ਜਿਹੜਾ ਕੋਈ ਵੀ ਰਿਕਾਰਡ ਹੋਲਡ ਨਹੀਂ ਹੈਗਾਗਾ ਬਈ ਫੋਟੋ ਫੋਟੋਆਂ ਜਿਹੜਾ ਪ੍ਰਾਈਵੇਟ ਬੈਂਕਾਂ ਵਸੀਮਨ ਬੈਂਕ ਉਹ ਨਹੀਂ ਪਾਉਂਦੇਗੀ ਇਸ ਨਾਂ ਸੀਆਰਪੀ ਨਾ ਦੂਜੀ ਐਬੀਐਸ ਤੇ ਬਾਕੀ ਮੈਂ ਕੋਸ਼ਿਸ਼ ਹੈ ਜਿਹੜੀ ਜਰੂਰ ਕਰੂੰਗਾ ਉਹਨਾਂ ਬੁੱਲ ਦੇ ਉੱਪਰ ਵੀ ਵੀਡੀਓ ਲੈ ਕੇ ਆਉਣ ਦੀ ਜਦੋਂ ਮੈਨੂੰ ਕੋਈ ਰਿਕਾਰਡ ਮਿਲ ਗਿਆ ਜਾਂ ਕੋਈ ਫੋਟੋ ਵਗੈਰਾ ਬੱਚਿਆਂ ਬੁੱੱਚਿਆਂ ਦੀ ਮਿਲ ਗਈ ਤੇ ਉਹ ਮੈਂ ਜਰੂਰ ਕਰੂੰਗਾ ਜੀ ਤੇ ਬਾਕੀ ਧੰਨਵਾਦ ਜੀ ਬਹੁਤ-ਬਹੁਤ ਸਾਰੇ ਵੀਰਾਂ ਦਾ ਮੈਂ ਧੰਨਵਾਦ ਕਰਦਾ ਹਾਂ ਜਿੰਨੇ ਵੀ ਆਪਣੇ ਨਾਲ ਅਖਰ ਤੱਕ ਬਣੇ ਰਹੇ ਨੇ ਵੀਡੀਓ ਵਿੱਚ ਬਹੁਤ-ਬਹੁਤ ਧੰਨਵਾਦ ਜੀ ਵੀਡੀਓ ਅਖਰ ਤੱਕ ਵੇਖਣ ਲਈ